ਜੀ ਸਾਰਿਆਂ ਨੂੰ ਬਹੁਤ ਖੁਸ਼ੀ ਆਪਾਂ ਇੱਕ ਵਾਰ ਫੇਰ ਆਕੇ ਬਚਨ ਬਣਸਾ ਦੇ ਅਜ ਮੈਂ ਕੱਲ੍ਹ ਆਂ ਓਕੇ ਮੈਂ ਰੀਜ਼ਨ ਦੱਸਣ ਘਾਤੇ ਆਪਾਂ ਇਸ ਵੇਲੇ ਇੱਥੇ ਬਿਲਡਿੰਗ ਵਰਕ ਬਹੁਤ ਹੋ ਰਿਹਾ ਚਾਰਜ ਮੇਰੇ ਸੋ ਹੋ ਸਕਦਾ ਤੁਹਾਨੂੰ ਥੋੜੀ ਜਿਹੀ ਰੌਲੇ ਵੀ ਸੁਣੇ ਸੋ ਆਪਾਂ ਸ਼ੋਰਟ ਅੱਜ ਮੀਟਿੰਗ ਰੱਖਣੀ ਆ ਜਿਹੜੀ ਆਪਾਂ ਅੱਗੇ ਸਟੱਡੀ ਕਰਦੇ ਸੀ ਉਹ ਅੱਜ ਨਹੀਂ ਕਰਨੀ ਹੈਗੀ ਅੱਜ ਮੈਂ ਆਪਣੀ ਅਗਵਾਈ ਆਪਣੀ ਟੈਸਟਮਣੀ ਦੇਵਾਂਗਾ ਤੇ ਇਸ ਕਰਕੇ ਅੱਧੇ ਘੰਟੇ ਦੀ ਮੀਟਿੰਗ ਰੱਖਣੀ ਹੈ ਕਰਕੇ ਚਾਰਜ ਮੇਰੇ ਮੇਰੇ ਇਥੇ ਬਿਲਡਿੰਗ ਵਰਕ ਹੋ ਰਿਹਾ ਹੈ ਤਾਂ ਉਹਦੇ ਕਾਰਨ ਹੋ ਸਕਦਾ ਥੋੜੀ ਬੜੀ ਰੌਲੀ ਵੀ ਪਾਵੇ ਸੋ ਫ੍ਰੇਜ਼ ਦਿ ਲੋਰ ਪਰ ਜਰੂਰ ਆਪਾਂ ਫੇਰ ਹੀ ਬਚਨ ਸ਼ੇਅਰ ਕਰਾਂਗੇ ਜੋ ਪ੍ਰਭੂ ਨੇ ਮੇਰੇ ਜੀਵਨ ਦੇ ਵਿੱਚ ਕੀਤਾ ਉਹ ਆਪਾਂ ਦੇਖਾਂਗੇ ਤੇ ਪ੍ਰਭੂ ਦੀ ਬਲੀਾਈ ਵਾਸਤੇ ਜਿਹਦੇ ਨਾਲ ਹੋ ਸਕਦਾ ਤੁਹਾਡੀ ਵੀ ਮਦਦ ਹੋ ਸਕੇ ਓਕੇ ਸੋ ਸੋ ਉਹਦੇ ਬਾਰੇ ਆਪਾਂ ਥੋੜੀ ਜਿਹੀ ਹੁਣ ਗੱਲ ਕਰਦੇ ਆ 19 74 ਦੀ ਗੱਲ ਆ ਉਹਦੋਂ ਵੀ ਪਹਿਲਾਂ ਮੈਨੂੰ ਬਹੁਤ ਦਿਲਚਸਪੀ ਹੁੰਦੀ ਸੀ ਪਰਮੇਸ਼ਰ ਦੇ ਬਾਰੇ ਤੇ ਮੈਂ 13 ਸਾਲਾਂ ਦਾ ਸੀਗਾ ਮੈਂ ਇਥੇ ਇੰਗਲੈਂਡ ਦੇ ਵਿੱਚ ਨਿਊਜ਼ਪੇਪਰ ਘਰਾਂ ਦੇ ਵਿੱਚ ਸੜਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਜਾ ਕੇ ਸੇਵਾ ਕਰਦਾ ਹੁੰਦਾ ਗੋਦਵਾਲੇ ਦੇ ਵਿੱਚ ਤੇ ਕਈ ਸਾਲ ਮੈਂ ਇਹਦਾ ਸੇਵਾ ਕਰਦਾ ਰਿਹਾ ਤੇ ਮੈਂ ਸੋਚਦਾ ਹੁੰਦਾ ਸੀ ਵੀ ਮੈਂ ਬਹੁਤ ਚੰਗਾ ਆ ਹੋਰ ਮੇਰੇ ਅਰਗੇ ਨੌਜਵਾਨ ਮੁੰਡੇ ਖੇលਦੇ ਹਲ ਤਾਂ ਕਰਦੇ ਆ ਮੈਂ ਇੱਥੇ ਗੁਰਦੁਆਰੇ ਵਿੱਚ ਆ ਕੇ ਸੇਵਾ ਕਰਦਾ ਆ ਸੋ ਜ਼ਰੂਰ ਮੈਂ ਦੂਸਰੇ ਨਾਲੋਂ ਚੰਗਾ ਆ ਜੇ ਕਿਸੇ ਨੂੰ ਵੀ ਸਵਰਗ ਨੂੰ ਜਾਣਾ ਹੋਇਆ ਉਹ ਮੈਂ ਹੁਣ ਕਹ ਤੇ ਕਰਕੇ ਮੈਂ ਸੇਵਾ ਬਹੁਤ ਕਰਦਾ ਓਕੇ ਸੋ ਕਈ ਸਾਲ ਮੈਂ ਇਹਦਾ ਕਰਦਾ ਰਿਹਾ ਪਰ ਮੇਰੇ ਅੰਦਰੋਂ ਇੱਕ ਆਵਾਜ਼ ਆਉਂਦੀ ਹੁੰਦੀ ਸੀ ਜਿਹੜੀ ਕਹਿੰਦੀ ਹੁੰਦੀ ਸੀ ਜਗਦੀਸ਼ ਏਦੋਂ ਵੀ ਕੋਸ ਜ਼ਿਆਦਾ ਕਰਨਾ ਪੈਂਦਾ ਆ ਮੁਕਤੀ ਪਾਉਣ ਵਾਸਤੇ ਜਾਂ ਸਵਰਗਾਂ ਨੂੰ ਜਾਣ ਵਾਸਤੇ ਮੈਂ ਸੋਚਦਾ ਏਦੋਂ ਵੀ ਜ਼ਿਆਦਾ ਕੀ ਕਰ ਸਕਦੇ ਆ ਸੋ ਕਈ ਸਾਲਾਂ ਤੋਂ ਬਾਅਦ ਸੇਵਾ ਕਾਦੇ ਕਰਦੇ ਤੇ ਕਰਕੇ ਉਹ ਮੈਨੂੰ ਆਵਾਜ਼ ਆਉਂਦੀ ਸੀ ਮੈਂ ਸੈਟੀਸਫਾਈ ਨਹੀਂ ਸੀਗਾ ਕਿ ਮੈਂ ਇੱਥੇ ਇੱਕ ਲੋਕਾਂ ਨੇ ਨਾ ਜੰਗ ਯੰਗ ਲੋਕਾਂ ਨੇ ਨਾ ਰਲ ਗਿਆ ਤੇ ਅਸੀਂ ਬਹੁਤ ਖਰਾਬ ਚੀਜ਼ਾਂ ਕਰ ਲਪੇ ਐਮੀ ਜੇ ਕਿਸੇ ਨੂੰ ਕੁੱਟਾ ਮਾਰ ਹੋਣਾ ਅਸੀਂ ਉਹਨਾਂ ਨਾਲ ਜਾ ਕੇ ਲੜਾਈ ਕਰਨੀ ਉਹਨਾਂ ਨੂੰ ਕੁੱਟ ਕੇ ਆਉਣਾ ਜਾਂ ਉਹ ਜਿੱਦਾਂ ਵੀ ਇਦਾਂ ਦੀ ਚੀਜ਼ਾਂ ਦੇ ਵਿੱਚ ਪੈ ਗਿਆ ਤੇ ਕਈ ਸਾਲ ਮੈਂ ਉਹਨਾਂ ਦੇ ਵਿੱਚ ਪੈਂਦਾ ਪਿਆ ਰਿਆ ਤੇ ਫਿਰ ਮੇਰੇ ਅੰਦਰੋਂ ਫਿਰ ਇੱਕ ពਕੂਠੀ ਮੈਂ ਕਿਹਾ ਵੀ ਮੈਂ ਸੱਚੀ ਪਰਮੇਸ਼ਰ ਨੂੰ ਜਾਨਣਾ ਚਾਹੁੰਦਾ ਹਾਂ ਸੋ ਮੈਂ ਸੋਚਿਆ ਵੀ ਮੈਂ ਇਦਾਂ ਕਰਦਾ ਮੈਨੂੰ ਪਤਾ ਵੀ ਜਦੋਂ ਮੈਂ ਗੁਰਦੁਆਰੇ ਵਿੱਚ ਸੇਵਾ ਕਰਦਾ ਸੀ ਜਿਹੜੇ ਭਾਈ ਮੇਰੇ ਨਾਲ ਸਿਗੇ ਜਿਹੜੇ ਉੱਥੇ ਹੋਰ ਸੇਵਾ ਕਰਦੇ ਸੀ ਜਿਹੜੀ ਚੀਜ਼ ਮੈਨੂੰ ਚਾਹੀਦੀ ਹੈ ਮੈਨੂੰ ਉਹਨਾਂ ਦੇ ਵਿੱਚ ਨਹੀਂ ਦਿਸੀ ਕਰਕੇ ਉਹ ਝੂਠ ਵੀ ਬੋਲ ਲੈਂਦੇ ਸੀ ਹਿਰਫੇਰੀਆਂ ਵੀ ਕਰਦੇ ਸੀਗੇ ਸਾਰੇ ਉਦਾਂ ਦੇ ਕੰਮ ਕਰਦੇ ਜਿਹਦਾ ਹੋਰ ਸਾਰੇ ਦੁਨੀਆਂ ਦੇ ਵਿੱਚ ਕਰਦੇ ਆ ਸੋ ਫਿਰ ਮੈਂ ਕਿਹਾ ਵੀ ਉਹਨਾਂ ਕੋਹ ਹੈ ਨਹੀਂ ਫਿਰ ਮੈਂ ਸੋਚਿਆ ਭਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਰੂਰ ਹੋਊ ਪਰ ਮੈਂ ਇਥੇ ਇੰਗਲੈਂਡ ਦੇ ਵਿੱਚ ਪੜਿਆ ਸੀਗਾ ਇਸ ਕਰਕੇ ਅ ਮੈਨੂੰ ਪੰਜਾਬੀ ਲਿਖਣੀ ਤਾਂ ਪਾਣੀ ਨਹੀਂ ਆਉਂਦੀ ਸੀ ਸੋ ਮੈਂ ਸੋਚਿਆ ਮੈਂ ਇਦਾਂ ਕਰੂੰਗਾ ਮੈਂ ਪੰਜਾਬੀ ਪਾਣੀ ਸਿੱਖਦਾ ਹਾਂ ਤਾਂ ਫੇਰ ਮੈਂ ਗੁਰੂ ਗ੍ਰੰਥ ਸਾਹਿਬ ਆ ਪੜ੍ਹ ਕੇ ਦੇਖੂੰਗਾ ਤੇ ਮੈਂ ਦੇਖੂੰਗਾ ਜੋ ਕੁਛ ਇਹਨਾਂ ਨੂੰ ਨਹੀਂ ਲੱਭਾ ਹੈਗਾ ਜਿਹੜੇ ਲੋਕੀ ਮੈਨੂੰ ਜਾਣਦੇ ਸੀ ਜੋ ਕੁਛ ਇਹਨਾਂ ਨੂੰ ਨਹੀਂ ਲੱਭਾ ਹੈਗਾ ਤੇ ਹੋ ਸਕਦਾ ਫੇਰ ਮੈਨੂੰ ਲੱਭ ਪਾਵੇ ਸੋ ਇਹੇ ਮੇਰੇ ਖਿਆਲ ਦੇ ਵਿੱਚ ਚੀਜ਼ਾਂ ਸਿਗੀਆਂ ਤੇ ਮੈਂ ਅ ਕਹਣਾ ਜਾਂ ਟੋਲਣਾ ਕੋਈ ਕਿਤਾਬਾਂ ਟੋਲੜੀਆਂ ਚਾਹਣਾ ਜਿਹਦੇ ਨਾਲ ਮੈਂ ਪੰਜਾਬੀ ਸਿੱਖ ਸਕਾਂ ਸੋ ਇੱਕ ਮੈਂ ਸ਼ਾਰਕ ਤੇ ਲੀ ਰੋਡ ਬਰਮਹੰਟਰ ਦੇ ਵਿੱਚ ਤੁਰਿਆ ਜਾਣਾ ਤੇ ਉੱਥੇ ਮੈਂ ਇੱਕ ਦੁਕਾਨ ਦੇਖੀ ਇੱਕ ਸ਼ਾਪ ਦੇਖੀ ਸ਼ਾਪ ਦੇ ਵਿੱਚ ਬਾਹਰ ਬਿੰਡੇ ਦੇ ਵਿੱਚ ਉਹਨੇ ਪੋਸਟਲ ਆਏ ਯਾਰ ਤੇ ਉਹ ਪੋਸਟਾਂ ਉੱਤੇ ਪੰਜਾਬੀ ਦੇ ਵਿੱਚ ਆ ਸੋ ਮੈਂ ਕਿਹਾ ਵੀ ਨਾ ਕੋ ਜਰੂਰ ਕਹਦੇ ਹੋਣਗੇ ਪੰਜਾਬੀ ਦੀਆਂ ਕਿਤਾਬਾਂ ਹੋਣਗੀਆਂ ਤੇ ਮੈਂ ਇਹਨਾਂ ਨੂੰ ਪੁੱਛ ਲਈ ਨਾ ਮੈਂ ਕਿਤਾਬਾਂ ਇਹਨਾਂ ਤੋਂ ਲੈ ਲਵਾਂ ਫੇ ਮੈਂ ਸਿੱਖਣ ਲੱਪੂਗਾ ਸੋ ਮੈਂ ਗਿਆ ਅੰਦਰ ਜਦ ਮੈਂ ਅੰਦਰ ਗਿਆ ਤਾਂ ਉੱਥੇ ਇੱਕ ਸਿਆਣਾ ਗੋਰਾ ਬੈਠਾ ਆ ਤੇ ਮੈਂ ਨੂੰ ਪੁੱਛਿਆ ਮੈਂ ਕਿਹਾ ਵੀ ਮੈਨੂੰ ਕੋਈ ਕੈਦਾ ਚਾਹੀਦਾ ਜਾਂ ਜੇ ਤੋਂ ਪੰਜਾਬੀ ਸਿੱਖ ਸਕ ਗਿਆ ਕਿਤਾਬਾਂ ਚਾਹੀਦੀਆਂ ਤੇ ਕੋ ਹੈਗੀਆਂ ਉਹ ਕਹਿੰਦਾ ਜਿੰਨੀਆਂ ਵੀ ਕਿਤਾਬਾਂ ਮੇਕੋ ਸਾਰੀਆਂ 크ਿਸਚੀਅਨਿਟੀ ਦੇ ਆ ਮੈਂ ਸੋਚਿਆ ਮੈਨੂੰ ਕਿਆ ਤਾਂ ਨਹੀਂ ਮੈਂ ਸੋਚਿਆ ਮੈਂ ਕਿਹਾ ਵੀ ਮੈਂ 크ਿਸਚੀਅਨ ਥੋੜਾ ਬਾਣਨਾ ਚਾਹਣਾ ਤੇ ਮੈਂ ਸੋਚਿਆ ਵੀ ਮੈਂ 크ਿਸਚੀਅਨ ਥੋੜਾ ਬਾਣਨਾ ਚਾਹਣਾ ਇੱਕ ਇਹਨਾਂ ਦਾ ਗੁਰੂ ਸੀਗਾ ਉਹ ਵੀ ਕਮਜ਼ੋਰ ਸੀਗਾ ਤੇ ਮੈਂ ਵੀ ਸੋਚਿਆ ਮੈਂ ਕਿ ਬਈ ਨਹੀਂ ਪਰ ਫੇਰ ਵੀ ਉਹ ਮੈਨਾਂ ਗੱਲਾਂ ਕਰਦਾ ਰਿਹਾ ਤੋਂ ਉਹ ਮੋ ਥੋੜੀਆ ਪਰਚੇ ਦਿੱਤੇ ਪੰਡ ਨੂੰ ਤੇ ਮੈਂ ਉਹ ਤੋਂ ਲੈ ਕੇ ਰੱਖਦਾ ਪਰ ਮੈਂ ਪਾਣਦੇ ਨਹੀਂ ਸੀ ਤੇ ਉਹ ਥੋੜਾ ਜਿਹਾ ਹੋਰ ਬੜੀ ਗੱਲ ਸੁੰਦਰ ਕਰਕੇ ਸਿਆਣਾ ਸੀ ਮੈਂ ਉਦੋਂ 22 ਸਾਲਾਂ ਦਾ ਸੀਗਾ ਤੇ ਫੇਰ ਵੀ ਆਪਾਂ ਸਿਆਣੇ ਦੀ ਇੱਜ਼ਤ ਕਰਦੇ ਹਾਂ ਤੇ ਉਹ ਮੇਕਾ ਕਾਲਜ ਜੇਬ ਵਿੱਚ ਪਾਲਾ ਜਦੋਂ ਮੈਂ ਆਉਣ ਲੱਗਾ ਮੈਨੂੰ ਕਹਿੰਦਾ ਜੇ ਤੂੰ ਮਾਈਂਡ ਨਹੀਂ ਕਰਦਾ ਗੁੱਸਾ ਨਹੀਂ ਕਰਦਾ ਹੈਗਾ ਅਸੀਂ ਤੈਨੂੰ ਘਰ ਵਿੱਚ ਕਿਸੇ ਦਿਨ ਆ ਕੇ ਮਿਲ ਸਕਦੇ ਮੈਂ ਕਿ ਹਾਂ ਆ ਜਾਓ আচ্ছা ਜੀ ਜਦੋਂ 2 ਹਫ਼ਤੇ ਲੰਘ ਗਏ 2 ਹਫ਼ਤੇਾਂ ਦੇ ਬਾਅਦ ਇੱਕ ਗੋਰੀ ਆਈ ਮੈਂ ਉਹਨੂੰ ਰਾਤਾਂ ਤੇ ਕੰਮ ਕਰਦਾ ਹੁੰਦਾ ਸੀ ਤੇ ਉਹਨੇ ਆ ਕੇ ਸਾਡਾ ਡੋਰ ਖੜਕਾਈ ਤੇ ਮੇਰੀ ਵਾਈਫ ਨੇ ਡੋਰ ਖੋਲੀ ਜਦ ਡੋਰ ਖੋਲੀ ਤਾਂ ਉਹ ਹਿੰਦੀ ਬੋਲੇ ਤੇ ਓਕੇ ਦੀ ਮੈਂ ਜਗਦੀਸ਼ ਨੂੰ ਮੈਂਨਾ ਤੇ ਮੇਰੀ ਵਾਈਫ ਨੇ ਮੈਨੂੰ ਆਕੇ ਠਾਲਿਆ ਕਹਿੰਦੀ ਵੀ ਇੱਕ ਕੁੜੀ ਆਈ ਆ ਹਿੰਦੀ ਬੋਲਦੀ ਆ ਉਹ ਕਹਿੰਦੀ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਕਿਹਾ ਕੋਈ ਨਹੀਂ ਉਹਨੂੰ ਬਿਠਾ ਲਓ ਮੈਂ ਆਉਣਾ ਤੇ ਜਦੋਂ ਉਹਨੂੰ ਬਿਠਾ ਲਿਆ ਮੈਂ ਆਇਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਜਾਇਦਾ ਕਹਿੰਦੀ ਜੇ ਤੇ ਕੋ 10 ਮਿੰਟ ਹੋ ਕੇ ਹੈਗੇ ਆ ਮੈਂ 10 ਮਿੰਟਾਂ ਦੇ ਵਿੱਚ ਦੱਸਣਾ ਚਾਹੁੰਦੀ ਆ ਜੀਜ਼ਸ ਕਾ ਤੇ ਆਇਆ ਸੀ ਮੈਂ ਕਿ ਹਾਂਜੀ 10 ਮਿੰਟ ਤਾਂ ਹੈਗੇ ਆ ਤੇ ਜਦੋਂ ਅਸੀਂ ਉੱਥੇ ਤਿੰਨ ਜਣੇ ਬੈਠੇ ਆ ਮੈਂ ਮੇਰੀ ਭਾਬੀ ਤਾਂ ਮੇਰੀ ਵਾਈਫ ਸੁਰਿੰਦਰ ਅਸੀਂ ਤਿੰਨੇ ਜਣੇ ਬੈਠੇ ਆ ਤਿੰਨਾਂ ਨੂੰ ਉਹਨੇ ਸਾਨੂੰ ਦੱਸਿਆ ਬਈ ਜੀਜ਼ਸ ਕਾਤੇ ਆਇਆ ਸੀ ਉਹ ਕਿੱਦਾਂ ਆਇਆ ਸੀ ਕਿੰਨੀਆਂ ਉਹਨੇ ਮਿਰਕਲਸ ਕੀਤੀਆਂ ਪਰ ਉਹ ਫੇ ਕ੍ਰੋਸ ਦੇ ਉੱਤੇ ਮਾਰੇ ਗਿਆ ਇਸ ਕੰਮ ਨੂੰ ਉਹ ਮਾਰਿਆ ਗਿਆ ਕਰਕੇ ਸਾਡੇ ਪਾਪਾਂ ਦੇ ਕਾਰਨ ਜੇ ਅਸੀਂ ਅੱਜ ਉਹਨੂੰ ਕਬੂਲ ਕਰ ਲਈਏ ਸਾਡੇ ਪਾਪ ਮਾਫ ਹੋ ਜਾਣਗੇ ਅਸੀਂ ਸਵਰਗਾਂ ਨੂੰ ਜਾਣ ਵਾਲੇ ਬਣ ਜਾਣਗੇ ਦੇਖਿਆ ਇੰਨਾ ਸਕਾਲਾ ਅਸੀਂ ਤਾਂ ਹਰ ਵੇਲੇ ਚੰਗੇ ਕੰਮਾਂ ਦੀ ਕੋਸ਼ਿਸ਼ ਕਰਦੇ ਸੀਗੇ ਤੇ ਇਹ ਕਹਿੰਦੀ ਆ ਵੀ ਜੇ ਅਸੀਂ ਜੀਜ਼ਸ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਕੇ ਜੀਜ਼ਸ ਨੂੰ ਆਪਣੇ ਦਿਲ ਦੇ ਸੱਦ ਲਿਆ ਸਾਡੇ ਪਾਪ ਮਾਫ ਹੋ ਜਾਣਗੇ ਮੈਂ ਕਿਹਾ ਤਾਂ ਬਹੁਤ ਸਕਾਣਾ ਮੈਂ ਕਿਹਾ ਵੀ ਮੈਂ ਤਾਂ ਕਰ ਲਊਗਾ ਜੋ ਵੀ ਤੁਸੀਂ ਬ੍ਰੇ ਕਰਾਉਣੀ ਮੈਂ ਕਰ ਦਊਗਾ ਤਾਂ ਮੇਰੀ ਵਾਈਫ ਕਹਿੰਦੀ ਮੈਂ ਵੀ ਕਰ ਲਊ ਭਾਬੀ ਕਹਿੰਦੀ ਮੇਰੀ ਕਹਿੰਦੀ ਮੈਂ ਵੀ ਕਰ ਲਊ ਉਹਨੇ ਸਾਨੂੰ ਦੱਸਿਆ ਕਿ ਪ੍ਰੇਰ ਪ੍ਰਾਰਥਨਾ ਕਰਨੀ ਹੈ ਪਹਿਲਾਂ ਤੋਬਾ ਦੀ ਪ੍ਰਾਰਥਨਾ ਹੋਵੇ ਫਿਰ ਜੀਜ਼ਸ ਨੂੰ ਆਪਣੇ ਦਿਲ ਵਿੱਚ ਸਦਿਆ ਸਾਨੂੰ ਪਤਾ ਨਹੀਂ ਉਹਦਾ ਕੀ ਮਤਲਬ ਹੁੰਦਾ ਪਰ ਜਿੱਦਾਂ ਉਹਨਾਂ ਦੱਸਿਆ ਅਸੀਂ ਕਰ ਲਈ ਤੇ ਉਹ ਚੱਲ ਗਈ ਤੇ ਮੈਂ ਥੋੜੇ ਟਾਈਮ ਬਾਅਦ ਦੇਖਿਆ ਥੋੜੇ ਮਹੀਨਿਆਂ ਦੇ ਬਾਅਦ ਦੇਖਦਾ ਹਾਂ ਕੋਈ ਫਰਕ ਨਹੀਂ ਪਿਆ ਉਸ ਵਿੱਚ ਦੇ ਪਰ થોڑے ਮਹੀਨਿਆਂ ਦੇ ਬਾਅਦ ਮੈਂ ਦੇਖਦਾ ਇੱਕ ਮੇਰੇ ਅੰਦਰੋਂ ਆਵਾਜ਼ ਆਉਂਦੀ ਆ ਕਈ ਵਾਰੀ ਆਪਾਂ ਨੂੰ ਕੰਚਿੰਸ ਕਰਦੇ ਨੇ ਤੇ ਮੇਰੇ ਅੰਦਰੋਂ ਆਵਾਜ਼ ਆਉਂਦੀ ਜਦੋਂ ਵੀ ਮੈਂ ਕੋਈ ਗਲਤ ਕੰਮ ਕਰਦਾ ਆ ਉਹ ਮੈਨੂੰ ਕਹਿੰਦੀ ਆ ਇਹ ਨਾ ਕਰ ਕਰਕੇ ਹਮ ਮੈਂ ਤੇਰੇ ਅੰਦਰ ਵਸਦਾ ਆ ਤੇ ਮੈਂ ਇਗਨੋਰ ਕਰ ਦੇਣਾ ਉਹਦੇ ਸੁਣਨਾ ਨਹੀਂ ਪਰ ਉਹ ਮੁਰ ਮੁਰ ਕੇ ਬਨਵਾ ਹੀ ਜਾਣਾ ਇੱਕ ਬਹੁਤ ਚੀਜ਼ ਦਾ ਚੇਤਾ ਆ ਇੱਥੇ ਜਿੱਥੇ ਸ਼ਾਬ ਦੇ ਠੇਕੇ ਹੁੰਦੇ ਆ ਜਿੱਥੇ ਵੀਰ ਪੀਣ ਜਾਂਦੇ ਪੱਬਾਂ ਦੇ ਵਿੱਚ ਉੱਥੇ ਜਾਂਦਾ ਹੁੰਦਾ ਸੀ ਉਹਨਾਂ ਦੇ ਨਾਲ ਪਰ ਜਦੋਂ ਮੈਂ ਉੱਥੇ ਜਾਣਾ ਤੇ ਮੇਰੇ ਇੱਕ ਬਿੱਲਾ ਮੈਂ ਲੈ ਕੇ ਲਾ ਲਿਆ ਸੀ ਜਿੱਥੇ ਲਿਖਿਆ ਸੀ ਜੀਜ਼ਸ ਸੇਵਜ਼ ਤੇ ਜਦੋਂ ਮੈਂ ਜਾਣਾ ਤੇ ਮੈਂ ਇਦਾਂ ਫੀਲ ਕਰਦਾ ਵੀ ਮੈਨੂੰ ਇੱਥੇ ਆਉਣਾ ਨਹੀਂ ਚਾਹੀਦਾ ਹੈਗਾ ਮੈਂ ਉਹਨੂੰ ਬਿੱਲੇ ਨੂੰ ਲਾ ਕੇ ਕਾਲਰ ਦੇ ਦੂਏ ਪਾਸੇ ਲਾ ਲੈਣਾ ਕਿਸੇ ਨੂੰ ਪਤਾ ਨਾ ਲੱਗੂਗਾ ਫਿਰ ਮੈਂ 6 ਮਹੀਨੇ ਇਦਾਂ ਕਰਦਾ ਰਿਹਾ ਪਰ ਫਿਰ ਮੈਂ ਸੋਚਿਆ ਵੀ ਜੇ ਮੈਂ ਅਨਕੰਫਰਟੇਬਲ ਹੈ ਜੇ ਮੈਂ ਖੋਸ਼ ਨਹੀਂ ਹੈਗਾ ਇੱਥੇ ਆ ਕੇ ਤਾਂ ਫਿਰ ਮੈਨੂੰ ਆਉਣਾ ਨਹੀਂ ਚਾਹੀਦਾ ਹੈਗਾ ਫਿਰ ਮੈਂ ਉਹ ਬੰਦ ਕਰ ਦਿੱਤਾ ਏਦਾਂ ਮੈਂ ਦੇਖਿਆ ਮੇਰੀ ਜੀਵਨ ਬਦਲਣਾ ਪਿਆ ਕਿ ਇਹ ਕੋਈ ਦਮ ਨਹੀਂ ਬਦਲਿਆ ਪਰ ਹੌਲੀ-ਹੌਲੀ ਜਿੱਦਾਂ-ਜਿੱਦਾਂ ਮੈਨੂੰ ਉਹ ਜਿਹੜੀ ਰੂਹ ਆਤਮਾ ਮੇਰੇ ਅੰਦਰ ਇਹ ਨਾਲ ਬਹੁਤ ਗੱਲਾਂ ਕਰਦਾ ਸੀ ਮੈਨੂੰ ਦੱਸਦਾ ਸੀ ਮੈਂ ਆਖੇ ਮੈਂ ਆਖੇ ਲੱਗਣਾ ਪਤਾ ਜੀਵਨ ਬਦਲਣਾ ਪਿਆ ਇੱਕ ਹੋਰ ਮੈਂ ਚੀਜ਼ ਦੱਸਦਾ ਮੇਰਾ ਜੀਵਨ ਕਿਦਾਂ ਬਦਲਿਆ ਜਦੋਂ ਆਪਾਂ ਦੁਨੀਆ ਵਿੱਚ ਹੁੰਨੇ ਆ ਆਪਾਂ ਗਾਲਾਂ ਵਾਲਾ ਕਰਦੇ ਹਾਸੇ ਮਛੂਲੇ ਚ ਵੀ ਗਾਣਾ ਕੱਢਣਾ ਪੈਂਦਾ ਏਦਾਂ ਹੀ ਸਾਡੀ ਬਹੁਤ ਵੱਡੀ ਫੈਕਟਰੀ ਹੁੰਦੀ ਸੀ ਉੱਥੇ ਏਦਾਂ ਹੀ ਕਰਦੇ ਹੁੰਦੇ ਸੀ ਤੇ ਜਦੋਂ ਅ ਅਸੀਂ ਮੈਂ ਜਾਣਾਂ ਉਹ ਉੱਥੇ ਫੈਕਟਰੀ ਵਿੱਚ ਏਦਾਂ ਹੁੰਦੀ ਆ ਤੇ ਜਦੋਂ ਵੀ ਮੇਰੇ ਮੂੰਹੋਂ ਏਦਾਂ ਗਾਣਾ ਨਿਕਲਦੀ ਆ ਅੰਦਰੋਂ ਮੇਰੇ ਆਵਾਜ਼ ਆਉਂਦੀ ਆ ਤੇ ਉਹ ਕਹਿੰਦੀ ਆ ਬਈ ਤੈਨੂੰ ਏਦਾਂ ਦੀ ਬੋਲੀ ਨਹੀਂ ਬੋਲਣੀ ਚਾਹੀਦੀ ਹੈ ਕਿਉਂਕਿ ਹੁਣ ਮੈਂ ਤੇਰੇ ਅੰਦਰ ਵਸਦਾ ਆ ਮੇਰਾ ਜਵਾਬ ਇਹ ਸੀਗਾ ਬਈ ਮੈਂ ਏ ਟ੍ਰਾਈ ਕਰ ਰਹਾ ਹਟਿਆ ਕੋਸ਼ਿਸ਼ ਕਰ ਰਹਾ ਹਟਿਆ ਮੈਂ ਗਾਲਾਂ ਨਾ ਕੱਢਾਂ ਝੂਠ ਨਾ ਬੋਲਾਂ ਚੋਰੀ ਨਾ ਕਰਾਂ ਇਦਾਂ ਸਾਰੇ ਕੰਮ ਕਰ ਰਹਾ ਹਟਿਆ ਹਰੇਕ ਨਵੇਂ ਸਾਲ ਮੈਂ ਸੌ ਖਾਂਦਾ ਹੁੰਦਾ ਸੀ ਪਰ ਦੋ ਹਫ਼ਤੇ ਲੰਘਦੇ ਨਹੀਂ ਸੀ ਜਦੋਂ ਮੈਂ ਉਸ ਤੋਂ ਵੀ ਜ਼ਿਆਦਾ ਖਰਾਬ ਕਰ ਲਿਆ ਪਿਆ ਸੀ ਸੋਫੇ ਮੈਂ ਕਿਹਾ ਮੈਂ ਟਰਾਈ ਕਰਕੇ ਹਟ ਦੇਖ ਹਟਿਆ ਆ ਪਰ ਹੁੰਦਾ ਨਹੀਂ ਹੈਗਾ ਉਹ ਜਿਹੜੀ ਅੰਦਰੋਂ ਆਵਾਜ਼ ਸੀਗੀ ਮੰਨੂ ਕਹਿੰਦੀ ਨੈਕਸਟ ਟਾਈਮ ਤੂੰ ਮਾਫੀ ਮੰਗ ਲੈ ਜਦੋਂ ਵੀ ਤੂੰ ਇਦਾਂ ਗਲਤੀ ਕਰੂਗਾ ਮੈਂ ਕਿਹਾ ਨਹੀਂ ਉਹਨਾਂ ਕੋਈ ਫਰਕ ਨਹੀਂ ਪੈਣਾ ਹੈਗਾ ਪਰ ਉਹ ਮੋੜ-ਮੋੜ ਕੇ ਮਨੂੰ ਆਵਾਜ਼ ਆਉਂਦੀ ਰਹੀ ਮਾਫੀ ਮੰਗ ਲੈ ਦੋ ਹਫ਼ਤੇ ਮਿੰਨ ਹੋਏ ਤਾਈਂ ਉਦਰੀ ਦੋ ਹਫ਼ਤੇਾਂ ਬਾਅਦ ਮੈਂ ਫੈਸਲਾ ਕੀਤਾ ਮੈਂ ਕਹ ਵੀ ਜੇ ਇਦਾਂ ਆ ਤੇ ਮੈਂ ਟਰਾਈ ਕਰਕੇ ਦੇਖਣਾ ਮੈਂ ਕੋਸ਼ਿਸ਼ ਕਰਕੇ ਦੇਖ ਇਹ ਚੱਲ ਜੀ ਮੈਨੂੰ ਚੇਤਾ ਜਦੋਂ ਮੈਂ ਫੈਸਲਾ ਕਰ ਲਿਆ ਬਨੂੰ ਚੇਤਾ ਇੱਕ ਗੋਰਾ ਸੀ ਉਹਦਾ ਨਾਮ ਸੀ ਬ੍ਰਾਇਨ ਪਿਊ ਉਹਨੇ ਮੇਰੀ ਮਸ਼ੀਨ ਸੈਟਅਪ ਕਰਕੇ ਦਿੱਤੀ ਤੇ ਮੈਨੂੰ ਗਾਲ ਕੱਢੀ ਕਹਿੰਦਾ ਜਾ ਮਸ਼ੀਨ ਉੱਤੇ ਕੰਮ ਤੇ ਕੰਮ ਕਰਨ ਲੱਗ ਤਾਂ ਮੈਂ ਵੀ ਮੁੜ ਕੇ ਘੜ ਦਿੱਤੀ ਸੋਚੇ ਤੁਮ ਗਿਆ ਜਦ ਮੈਨੂੰ ਗਾਲ ਕੱਢੀ ਮੈਨੂੰ ਉਸੇ ਵੇਲੇ ਚੇਤਾ ਆ ਗਿਆ ਵੀ ਮੈਂ ਤਾਂ ਇਦਾਂ ਦੀ ਬੋਲੀ ਨਹੀਂ ਬੋਲਣੀ ਸੀ ਮੈਂ ਕਿਹਾ ਬ੍ਰਾਇਨ ਠਹਿਰ ਜਾ ਮੈਂ ਕਿਹਾ ਜਾਦਾ ਮੈਂ ਜੀਜ਼ਸ ਨੂੰ ਪਾਇਆ ਮੈਂ ਤਾਂ ਨਹੀਂ ਬੋਲਨੀ ਬੋਲਦਾ ਮੈਂ ਆਪਣੇ ਅੱਖਰ ਮੁੜ ਕੇ ਲੈਣਾ ਤੇ ਤੇਤੋਂ ਮਾਫੀ ਮੰਗਦਾ ਤੇ ਉਹ ਮੇਰੇ ਨੂੰ ਦੇਖ ਕੇ ਹੱਸਣ ਲੱ ਪਿਆ ਕਹਿੰਦਾ ਰਿਲੀਜੀਅਸ ਨਟ ਮਜਵੀ ਮਜਵੀ ਬਣ ਕੇ ਇਹਦਾ ਦਿਮਾਗ ਖਰਾਬ ਹੋ ਗਿਆ ਤਾਂ ਮੈਂ ਫੇਰੇ ਮੈਂ ਫੈਸਲਾ ਕੀਤਾ ਸੀ ਮੈਂ ਕਿਹਾ ਮੈਂ ਹੁਣ ਇਦਾਂ ਹੀ ਕਰ ਜਾਣਾ ਦੋ ਹਫ਼ਤਿਆਂ ਦੇ ਬਾਅਦ ਉਸ ਆਦਮੀ ਨਾਲ ਉਦਾਂ ਹੀ ਫੇ ਹੋਏ ਉਹ ਬਨੂ ਕਹਿੰਦਾ ਤੂੰ ਤਾਂ ਕਹਿੰਦਾ ਜਿਆਦਾ ਤੂੰ ਰਿਲੀਜੀਅਸ ਬਣਿਆ ਆ ਤੂੰ ਗਾਲ ਨਹੀਂ ਕੱਢਦਾ ਮੈਂ ਕਿਹਾ ਹਾਂ ਮੈਂ ਫੇਰ ਤੇ ਮਾਫੀ ਮੰਗਦਾ ਹਾਂ ਤੇ ਆ ਆਪਣੇ ਅੱਖਰ ਵਾਪਸ ਲੈਣਾ ਉਹ ਅਖੀਰਲੀ ਵਾਰੀ ਸੀ ਜਦੋਂ ਮੈਂ ਗਾਲ ਕੱਢੀ 1976 ਸੀ ਮੇਰੇ ਮੂੰਹੋਂ ਉਸ ਤੋਂ ਬਾਅਦ ਕੋਈ ਗਾਲ ਨਹੀਂ ਨਿਕਲੀ ਸੋ ਇਥੋਂ ਕੀ ਦੇਖਦੇ ਆਪਾਂ ਪਵਿੱਤਰ ਆਤਮਾ ਜਦੋਂ ਅਸੀਂ ਉਹਨੂੰ ਪਾ ਲੈਨੇ ਆ ਪਵਿੱਤਰ ਆਤਮਾ ਸਾਨੂੰ ਸਕਲਣ ਲਾ ਪੈਂਦਾ ਆ ਸਾਨੂੰ ਦੱਸਣ ਲਾ ਪੈਂਦਾ ਸਾਡਾ ਜੀਵਨ ਕਿੱਦਾਂ ਬਦਲ ਸਕਦਾ ਹੈ ਏਦਾਂ ਮੇਰਾ ਹੌਲੀ ਹੌਲੀ ਜੀਵਨ ਬਦਲਿਆ ਸੋ ਏਦਾਂ ਮੈਂ ਯਿਸੂ ਮਸੀਹ ਦੇ ਕੋਇਆ ਸੀ ਏਦਾਂ ਮੇਰਾ ਜੀਵਨ ਬਦਲਿਆ ਹੁਣ ਮੈਂ ਇੱਕ ਹੋਰ ਟੈਸਟਮੈਂਟ ਦੇਣੀ ਹੈ ਟੈਸਟਮੈਂਟਾਂ ਬਹੁਤ ਡਿਫਰੈਂਟ ਡਿਫਰੈਂਟਆਂ ਪਰ ਮੈਂ ਦੋ ਹੀ ਟੈਸਟਮੈਂਟ ਦੇਣੀ ਹੈ ਕਿ ਹਾਂ ਹੋਰ ਟੈਸਟਮੈਂਟ ਦੇਣੀ ਹੈ ਮੈਂ ਹੀਲਿੰਗ ਕਿੱਦਾਂ ਪਾਈ ਸੀ ਸ਼ਿਫਾ ਕਿੱਦਾਂ ਪਾਈ ਸੀ ਤੇ ਉਹ ਏਦਾਂ ਸੀ 1976 ਦੇ ਵਿੱਚ ਪਹਿਲੀ ਵਾਰੀ ਮੈਂ ਜਾਂਦਾ ਇੰਗਲੈਂਡ ਵਿੱਚ ਆਇਆ ਸੀ 90s ਦੇ ਵਿੱਚ ਦਮ ਇੰਗਲੈਂਡ ਵਿੱਚ ਆਇਆ ਸੀਗਾ ਤੇ ਲੀਹੇ 16 ਸਾਲਾਂ ਬਾਅਦ ਮੈਂ ਮੁੜ ਕੇ ਇੰਡੀਆ ਨੂੰ ਮੁੜ ਕੇ ਗਿਆ ਤੇ ਜਦੋਂ ਮੈਂ ਗਿਆ ਤਾਂ ਦੂਸਰੇ ਤੀਸਰੇ ਦਿਨ ਮੈਨੂੰ ਸਾਹੋਂ ਹਟ ਗਿਆ ਮੈਂ 10 ਸਾਲ ਇਹ ਸਾਡੇ ਪਿੰਡ ਉਸ ਵੇਲੇ ਡਾਕਟਰ ਨਹੀਂ ਹੁੰਦਾ ਸੀਗਾ ਮੈਂ ਉਪਰ ਭੂਪੇ ਤੋਂ ਤੇ ਉਹ ਫੇ ਮੈਨੂੰ ਬਿਲਗੇ ਲੈ ਕੇ ਗਏ ਤੇ ਉੱਥੇ ਡਾਕਟਰ ਦੇ ਲੈ ਕੇ ਗਏ ਜਦ ਮੈਂ ਡਾਕਟਰ ਦੇ ਜਾਨਾ ਆ ਮੈਂ ਸਿੱਧਾ ਜਾ ਕੇ ਦੇਖਦਾ ਪਹਿਲਾਂ ਪਤੀਲੇ ਦੇ ਵਿੱਚ ਉਹਨੇ ਟੀਕਾ ਉਬਲਦਾ ਰੱਖਿਆ ਉਸ ਜਵਾਨੇ ਦੇ ਵਿੱਚ ਜਿਹੜੇ ਟੀਕੇ ਸੀ ਮੜ ਮੜ ਕੇ ਸੇਮ ਟੀਕਾ ਬਾਜ਼ੇ ਹੁੰਦੇ ਸੀ ਉਹਨੂੰ ਮੜ ਮੜ ਕੇ ਫੇ ਅਵਾਲ ਲਿੰਦੇ ਹੁੰਦੇ ਸੀ ਵੀ ਡਿਸਇਨਫੈਕਟਿਡ ਹੋ ਜਵੇ ਤੇ ਮੈਂ ਉਹ ਫੇ ਮੈਨੂੰ ਚੈੱਕ ਕਰਦਾ ਐਗਜ਼ਾਮ ਨੂੰ ਮੈਨੂੰ ਚੈੱਕ ਕਰ ਕੀ ਕਹਿੰਦਾ ਜੀ ਤੁਹਾਨੂੰ ਤਾਂ ਦਮਾ ਹੋਇਆ ਐਸਮਾ ਹੋਇਆ ਹੈ ਮੈਂ ਕਿਹਾ ਹਾਂ ਜੀ ਦੱਸੋ ਇਹਦਾ ਇਲਾਜ ਕੀ ਆ ਉਹ ਕਹਿੰਦਾ ਵੀ ਤੈਨੂੰ ਇੰਨਾ ਖਰਾਬ ਹੈ ਟੈਕਾ ਹੈ ਤੈਨੂੰ ਅੱਗੇ ਵੀ ਕਦੇ ਹੋਇਆ ਹੋ ਮੈਂ ਕਿਹਾ ਨਹੀਂ ਅੱਗੇ ਨਹੀਂ ਕਦੇ ਹੋਇਆ ਹੈਗਾ ਕਹਿੰਦਾ ਜ਼ਰੂਰ ਹੋਇਆ ਹੋ ਮੈਂ ਕਿਹਾ ਨਹੀਂ ਜੀ ਤੇ ਅੱਛਾ ਜੀ ਮੈਂ ਕਿਹਾ ਇਲਾਜ ਦੱਸੋ ਉਹ ਕਹਿੰਦਾ ਜੇ ਤਾ ਟੀਕਾ ਲਵਾਉਣਾ ਆ ਫਿਰ ਤੈਨੂੰ 10 ਮਿੰਟਾਂ ਦੇ ਵਿੱਚ ਥੋੜੀ ਆਰਾਮ ਹੋ ਜਾਣਾ ਜੇ ਕਹਿੰਦਾ ਦੋ ਪੀਣ ਵਾਲੀ ਦਵਾਈ ਲੈਣੀ ਆ ਫਿਰ ਦੋ ਤਿੰਨ ਦਿਨ ਲੱਗ ਜਣੇ ਮੈਂ ਕਿਹਾ ਤੁਮ ਨੂੰ ਬੈਲ ਦਾ ਟੀਕਾ ਉਹਦਾ ਦੇਖ ਚੁੱਕਾ ਚੰਗੀ ਸੂਈ ਮੋਟੀ ਸੀਗੀ ਮੈਂ ਕਿਹਾ ਵੀ ਭਰਦਾ ਰਹੋ ਮਗਰੋਂ ਭਰ ਜੂਗਾ ਜਾਂ ਕੋਈ ਪ੍ਰੋਬਲਮ ਪਊਗੀ ਮੈਂ ਕਿਹਾ ਜੀ ਤੁਸੀਂ ਪੀਨਬਾਈ ਦੁਆ ਦੇ ਦਿਓ ਉਹਨੇ ਮਨੂਤੀ ਪੀਨਬਾਈ ਦੁਆ ਦਿੱਤੀ ਮੈਨੂੰ ਐਨ ਜੀਤਾ 10 ਰੁਪਏ ਚੈੱਕ ਆਂਦੇ ਵਿੱਚ ਹੀ ਦੁਆ ਵੇਤੋ ਲਏ ਤੇ ਅਸੀਂ ਆਗੇ ਸੱਚੀ ਦੋ ਤਿੰਨ ਦਿਨਾਂ ਦੇ ਬਾਅਦ ਮੈਨੂੰ ਥੋੜੀਆ ਈਜ਼ ਹੋ ਗਿਆ ਐਨ ਹਟਿਆ ਨਹੀਂ ਪਰ ਥੋੜਿਆ ਥੋੜਿਆ ਆਰਾਮ ਆ ਗਿਆ ਜਦੋਂ ਮੈਂ ਇੰਗਲੈਂਡ ਚ ਮੁੜ ਕੇ ਆਇਆ ਤੇ ਮੇਰੇ ਮੇਰੇ ਸਨ ਨੂੰ ਵੀ ਸੇਮ ਚੀਜ਼ ਹੀ ਉਹ ਸ਼ੀਆਕ ਸਾਲਾ ਸੀ 70 ਸਾਲਾਂ ਦਾ ਹੀ ਉਹਨੂੰ ਵੀ ਸੇਮ ਪ੍ਰੋਬਲਮ ਮੈਨੂੰ ਵੀ ਸੇਮ ਪ੍ਰੋਬਲਮ ਮੈਂ ਆ ਕੇ ਡਾਕਟਰ ਦੇ ਗਿਆ ਡਾਕਟਰ ਨੇ ਮੈਨੂੰ ਚੈੱਕ ਕੀਤਾ ਉਹ ਮੈਨੂੰ ਚੈੱਕ ਕਰਕੇ ਕਹਿੰਦਾ ਮਿਸਟਰ ਸਿੰਘ ਯੂ ਗਟ ਐਸਮਾ ਮੈਂ ਕਹਾਂ ਜੀ ਹਾਂ ਦੇ ਤਾਂ ਮੈਨੂੰ ਪਤਾ ਲੱਗ ਗਿਆ ਪਰ ਇਹਦਾ ਇਲਾਜ ਕੀ ਆ ਉਹ ਕਹਿੰਦਾ ਇਹਦਾ ਇਲਾਜ ਕੋਈ ਨਹੀਂ ਹੈਗਾ ਅਸੀਂ ਤੈਨੂੰ ਦੇ ਦੇਵਾਂਗੇ ਗੋਲੀਆਂ ਖਾਣ ਨੂੰ ਉਹਨਾਂ ਥੋੜੀਆ ਤੂੰ ਈਜ਼ ਹੋ ਜਾ ਕਰੋ ਥੋੜੀਆ ਬੈਟਰ ਹੋ ਜਾ ਕਰੋ ਪਰ ਇਹ ਹਟਣਾ ਨਹੀਂ ਹੈਗਾ ਇਸ ਸਮਾਂ ਹੀ ਰਹਿਣਾ ਦੇਖੋ ਮੈਂ ਕਹੇ ਇਹ ਤਾਂ ਚੰਗਾ ਹੀ ਲਾਦਾ ਹੈਗਾ ਓਕੇ ਜੀ ਉਹ ਮੈਨੂੰ ਗੋਲੀਆਂ ਦੇਤੀਆਂ ਸਵੇਰ ਨੂੰ ਤਕਾਲ ਨੂੰ ਦੁਪਹਿਰ ਨੂੰ ਖਾਣ ਨੂੰ ਤੇ ਇੱਕ ਗੋਲੀ ਦਿੱਤੀ ਜਦੋਂ ਅਟੈਕ ਹੋਇਆ ਹੋਵੇ ਉਦੋਂ ਖਾਣੀ ਜਦੋਂ ਮੈਂ ਠੀਕ ਵੀ ਹੁੰਦਾ ਸੀ ਮੈਂ ਇੱਕਦਮ ਸਾਲੀ ਨਹੀਂ ਹੁੰਦਾ ਤੇ ਕਈ ਵਾਰੀ ਜਦੋਂ ਮੈਂ ਬੈੱਡ ਉੱਤੇ ਬੈਠਾ ਹੁੰਦਾ ਸੀ ਐਦਾਂ ਲੱਗਦਾ ਹੁੰਦਾ ਸੀ ਬਈ ਮੈਨੂੰ ਸੌਣ ਹਟ ਜਾਣਾ ਤੇ ਕੋਈ ਰਿਲੀਫ ਨਹੀਂ ਮੈਨੂੰ ਮੈਂ ਆਪਣੇ ਪਾਦਰੀ ਨੂੰ ਸੱਦਿਆ ਪਾਸਟਰ ਨੂੰ ਸੱਦਿਆ ਮੈਂ ਕਿਹਾ ਪਾਸਟਰ ਜੀ ਦੇਖੋ ਜੀ ਮੈਨੂੰ ਅਜ਼ਮਾ ਹੋਇਆ ਹੈ ਮੈਨੂੰ ਸੌਂ ਨਹੀਂ ਆਉਂਦਾ ਹੈਗਾ ਮੇਰੇ ਵਾਸਤੇ ਪ੍ਰੇ ਕਰੋ ਮੈਂ ਠੀਕ ਹੋ ਜਾਵਾਂ ਉਹ ਕਹਿੰਦਾ ਆਪਾਂ ਪ੍ਰੇ ਕਰਾਂਗੇ ਪਰ ਕਹਿੰਦਾ ਕਈ ਠੀਕ ਹੁੰਦੇ ਕਈ ਨਹੀਂ ਠੀਕ ਹੁੰਦੇ ਹੈਗੇ ਮੈਂ ਕਿਹਾ ਵੀ ਇਹ ਤਾਂ ਚੰਗਾ ਨਹੀਂ ਹੈਗਾ ਜਿੱਥਾਂ ਤਾਂ ਰੱਬ ਠੀਕ ਕਰਦਾ ਆ ਜਾਂ ਉਹ ਨਹੀਂ ਠੀਕ ਕਰਦਾ ਹੈਗਾ ਤੇ ਮੈਨੂੰ ਕੋਈ ਚੰਗੀ ਨਹੀਂ ਲੱਗੀ ਦਾ ਫਿਰ ਮੈਂ ਸੋਚਿਆ ਮੈਂ ਕਿ ਮੈਂ ਆਪ ਬਾਈਬਲ ਵਿੱਚੋਂ ਦੇਖੂਗਾ ਵੀ ਇਹਦਾ ਇਲਾਜ ਹੋ ਸਕਦਾ ਹੈ ਕਿ ਨਹੀਂ ਬਾਈਬਲ ਇਹਦੇ ਬਾਰੇ ਕੀ ਕਹਿੰਦੀ ਆ ਤੇ ਮੈਂ ਇਹੇ ਮਾਇਨੇ ਵਿੱਚ ਆ ਤੇ ਮੈਂ ਬਾਈਬਲ ਸਟੱਡੀ ਕਰਦਾ ਬਾਈਬਲ ਮੈਂ ਫੋਲਦਾ ਆ ਤੇ ਮੈਂ ਜਿੱਥੇ ਵੀ ਹੀਲਿੰਗ ਦੇ ਬਾਰੇ ਆਉਂਦਾ ਮੈਂ ਉਹੋ ਪੜਦਾ ਆ ਦੇਖਣ ਨੂੰ ਕਿ ਮੈਂ ਸ਼ਿਫਾ ਪਾ ਸਕਦਾ ਕਿ ਨਹੀਂ ਮੈਂ ਠੀਕ ਹੋ ਸਕਦਾ ਕਿ ਨਹੀਂ ਤੇ ਮੈਂ ਕਹਾਵਤਾਂ ਦੀ ਕਿਤਾਬ ਦੇ ਵਿੱਚ ਪਹੁੰਚਾ ਬੁਕ ਆਫ ਪ੍ਰੋਬਰਬਸ ਸਾਡੇ ਪੰਜਾਬੀ ਦੇ ਵਿੱਚ ਤੇ ਉਹਦੀ ਵੀ ਮਈ ਤੇ ਵਿੱਚ ਮੈਂ ਪੜ ਕੇ ਸੁਣਾਉਣਾ ਇੰਗਲਿਸ਼ ਦੇ ਵਿੱਚ ਕਿੱਦਾਂ ਲਿਖਿਆ ਮਾਈ ਸਨ ਗਿਵ اٹENTION ਟੂ ਮਾਈ ਵਰਡਸ ਇਨਕਲਾਈਨ ਯੋਰ ਇਅਰ ਟੂ ਮਾਈ ਸੇਇੰਗ ਮੇਰੇ ਪੁੱਤਰ ਮੇਰੇ ਬੱਚੇ ਨੂੰ ਉੱਤੇ ਧਿਆਨ ਦੇ ਆਪਣੇ ਕੰਨ ਮੇਰੇ ਬਚਨ ਦੇ ਉੱਤੇ ਲਾ ਡੂ ਨਟ ਲੈਟ them ਡਿਪਾਰਟ ਫਰਮ ਯੋਰ ਆਈਜ਼ ਆਪਣੇ ਅੱਖਾਂ ਤੋਂ ਪਰੇ ਨਾ ਹੋਣ ਦੇ ਕੀਪ ਥਮ ਇਨ ਦ ਮਿਡਸ ਆਫ ਯੂਰ ਹਾਰਟ ਆਪਣੇ ਦਿਲ ਦੇ ਗੱਬੇ ਰੱਖੀ ਫੋਰ देयर ਲਾਈਫ ਟੂ தோਸ Who find them ਉਹਨਾਂ ਵਾਸਤੇ ਜੀਵਨ ਹੈ ਜਿਹੜੇ ਇਹ ਖੋੜ ਲੈਂਦੇ ਆ ਐਂਡ ਹੈਲਥ ਟੂ 올 देयर ਫਲੈਸ਼ ਤੁ ਦਿੱ ਲਿਖ ਐਂਡ ਹੈਲਥ ਸ਼ਿਫਾ ਉਹਨਾਂ ਵਾਸਤੇ ਜਿਹੜੇ ਸ਼ਿਫਾਸੀ ਵਰ ਇੱਥੇ ਲਿਖਿਆ ਸੀਗਾ ਮੈਂ ਜਦੋਂ ਪੜ੍ਹ ਕੇ ਦੇਖਿਆ ਮਾਈਜਰੀਨ ਦੇ ਜਿਹੜੀ ਲਿਖਿਆ ਹੁੰਦਾ ਦੇਖਿਆ ਇੱਕ ਹੋਰ ਮੱਥਵੇ ਦਾ ਨਿਕਲ ਸਕਦਾ ਇਹਦਾ ਮੈਡੀਸਨ ਦੁਆ ਮੈਂ ਕਹਿੰਦੀ ਇਹ ਬਚਨ ਦੁਹਾਇਆ ਮੈਨੂੰ ਦੁਆਵਾਂ ਖਾਣੇ ਪਣਾ ਮੈਂ ਕੀ ਕੀਤਾ ਮੈਂ 4-5 ਅਜਿਤਾ ਬਾਈਬਲ ਦੇ ਵਿੱਚੋਂ ਲਖ ਲਈਆਂ ਹੀਲਿੰਗ ਦੀ ਜਿੱਦਾਂ ਯਿਸੂ ਮਸੀਹ ਦੇ ਮਾਰ ਖਾਣਨਾ ਸੀ ਨੋਏ ਕੀਤੇ ਗਏ ਮੈਂ 4-5 ਅਜਿਤਾ ਲਖ ਲਈਆਂ ਪੇਪਰ ਦੇ ਉੱਤੇ ਤੇ ਮੈਂ ਰੋਜ਼ ਪੜਨ ਲੱਪਿਆ ਮੈਂ ਤਿੰਨ ਵਾਰੀ ਦਿਹਾੜੀ ਦੇ ਵਿੱਚ ਇੱਕ ਟੁਕ ਪੜਨੀ ਆ ਮੈਂ ਸ਼ਾਮੀਨੇ ਇਦਾਂ ਪੜਦਾ ਰਿਆ ਪਰ ਫੇ ਵੀ ਮੈਨੂੰ ਕੋਈ ਆਰਾਮ ਨਹੀਂ ਸੀ ਜਦ ਮੈਨੂੰ ਕੋਈ ਆਰਾਮ ਨਹੀਂ ਸੀਗਾ ਤੇ ਇੱਕ ਦਿਨ ਮੈਂ ਰਾਤ ਨੂੰ ਕੰਮ ਤੇ ਜਾਣ ਲੱਗਾ ਜਦ ਮੈਂ ਕੰਮ ਤੇ ਜਾਣ ਲੱਗਾ ਤੇ ਮੈਨੂੰ ਸਾਹ ਨਹੀਂ ਆਉਂਦਾ ਹੈਗਾ ਇਦਾਂ ਮੈਂ ਸਾਹ ਲੈਣਾ ਤੇ ਜਦੋਂ ਮੈਂ ਕੰਮ ਤੇ ਜਾਣ ਲੱਗਾ ਮੇਰੀ ਵਾਈਫ ਮੈਨੂੰ ਕਹਿਣ ਕਿ ਤੁਸੀਂ ਇਦਾਂ ਕਿਦਾਂ ਕੰਮ ਤੇ ਜਾ ਸਕਦੇ ਆ ਮੈਂ ਕਿਹਾ ਨਾ ਨਾ ਯਿਸੂ ਮਸੀਹ ਦੇ ਮਾਰ ਖਾਣਾ ਮੈਨੂੰ ਆ ਕੀਤਾ ਗਿਆ ਬਾਏ ਦ ਸਟਾਈਲਸ ਆਈ ਹੈਵ ਬੀਨ ਹੀਲਡ ਪਰ ਮੈਨੂੰ ਡਰਦਾ ਵੀ ਸੀਗਾ ਤੇ ਸਾਹ ਵੀ ਨਹੀਂ ਮੈਨੂੰ ਆਉਦਾ ਸੀਗਾ ਮੈਂ ਤਰਪੇ ਕੰਮ ਤੇ ਜਦੋਂ ਮੈਂ ਕੰਮ ਤੇ ਆਇਆ ਮੈਂ ਤਿੰਨ ਮਸ਼ੀਨਾਂ ਚਲਾਉਂਦਾ ਹੁੰਦਾ ਸੀ ਤੇ ਮੈਂ ਮਸ਼ੀਨਾਂ ਉਹ ਚਲਾਉਣਾ ਆ ਤੇ ਪਰ ਮੈਨੂੰ ਕੋਈ ਆਰਾਮ ਨਹੀਂ ਹੈਗਾ ਤੇ ਮੈਨੂੰ ਇਹਦਾ ਲੱਗਦਾ ਮੈਨੂੰ ਹੁਣੇ ਸਾਹ ਔਣੋਂ ਹਟ ਜਾਣਾ ਤੇ ਮੇਰੇ ਦਿਮਾਗ ਦੇ ਵਿੱਚ ਇੱਕ ਆਵਾਜ਼ ਆਉਂਦੀ ਆ ਉਹ ਕਹਿੰਦੀ ਆ ਨਾ ਤੈਨੂੰ ਹੁਣੇ ਸਾਹ ਔਣੋਂ ਹਟ ਜਾਣਾ ਤੂੰ ਇੱਥੇ ਮਰ ਜਾਣਾ ਮੈਂ ਕਿਹਾ ਨਹੀਂ ਨਹੀਂ ਯਿਸੂ ਮਸੀਹ ਦੇ ਮਾਰ ਖਾਣਾ ਮੈਂ ਰੋਅ ਕੀਤਾ ਗਿਆ ਬਾਏ ਦ ਸਟਾਈਲਸ ਆਫ ਜੀਸਸ ਆ ਹੈਵ ਬੀਨ ਹੀਲਡ ਆਮ ਨੋਟ ਗੋਇੰ ਟੂ ਡਾਈ ਮੈਂ ਬੜ ਨਹੀ ਹੈਗਾ ਫੇਰ ਮੜ ਮੜ ਕੇ ਮੈਨੂੰ ਆਵਾਜ਼ ਆ ਜਾਂਦੀ ਆ ਮੈਂ ਸੇਮ ਚੀਜ਼ ਕਹੀ ਜਾਂਦਾ ਯਿਸੂ ਮਸੀਹ ਦੇ ਮਾਰ ਖਾਣਾ ਮੈਂ ਰੋਅ ਕੀਤਾ ਗਿਆ ਬਾਏ ਦ ਸਟਾਈਲਸ ਆਫ ਜੀਸਸ ਆ ਹੈਵ ਬੀਨ ਹੀਲਡ ਫੇਕ ਮੈਨੂੰ ਫੇ 2 ਘੰਟੇ ਹੀ ਦਨੰਗ ਹੈ 11:00 ਬਜ ਗਿਆ 9:00 ਵਜੇ ਮੈਂ ਕੰਮ ਤੇ ਲੱਗਾ ਸੀ ਹੁਣ 11:00 ਬਜ ਗਏ ਆ ਤੇ ਇੱਕ ਮੈਨੂੰ ਬਹੁਤ ਵਧੀਆ ਸੋਚ ਆਈ ਉਹ ਕਹਿੰਦੀ ਤੈਨੂੰ ਪਤਾ ਤੜੀ ਕਿ ਇਹ ਪ੍ਰੋਬਲਮ ਹੈ ਕਾਤੇ ਤੂੰ ਠੀਕ ਨਹੀਂ ਹੋਇਆ ਹੈਗਾ ਮੈਂ ਕਿਹਾ ਨਹੀਂ ਕਰਕੇ ਦੇਖੋ ਨੇਚਾ ਥੋੜੀ ਆ ਮੈਂ ਕਿਹਾ ਸੱਚੀ ਬਸ ਇਹੀ ਗੱਲ ਆ ਤਾਂ ਹੀ ਨਹੀਂ ਮੈਂ ਠੀਕ ਹੋਇਆ ਕਰਕੇ ਮੈਨੂੰ ਨੇਚਾ ਥੋੜੀ ਆ ਜਦ ਮੈਂ ਇਹ ਐਕਸੈਪਟ ਕਰ ਲਿਆ ਮੈਂ ਇਹ ਕਬੂਲ ਕਰ ਲਿਆ ਫੇਰ ਮੈਨੂੰ ਉਹ ਆਵਾਜ਼ ਫੇਰ ਬੋਲਣ ਲੱਗੀ ਉਹ ਕਹਿੰਦੀ ਪਤਾ ਤੈਨੂੰ ਕੀ ਕਰਨਾ ਚਾਹੀਦਾ ਮੈਂ ਕਿਹਾ ਪਤਾ ਨਹੀਂ ਕਹਿੰਦੇ ਤੂੰ ਆਪਣੀ ਨੀਚਾ ਬਦਾਲਾ ਫੇਰ ਤੂੰ ਇਦਾਂ ਕਰੇ ਮੈਂ ਕਿਹਾ ਸੱਚੀ ਮੈਂ ਇਦਾਂ ਨਹੀਂ ਕਰੂਗਾ ਤੇ ਫੇਰ ਮੈਨੂੰ ਤੀਸਰੀ ਵਾਰੀ ਉਹ ਜਦੋਂ ਆਵਾਜ਼ ਆਈ ਕਹਿੰਦੀ ਇਦਾਂ ਕਰ ਤੂੰ ਜਿਹੜਾ ਫੈਕਟਰੀ ਵਾਲਾ ਕਹਿੰਦੇ ਕਿ ਫੈਕਟਰੀ ਬਹੁਤ ਹੁੰਦੀ ਰਾਤ ਨੂੰ ਵੀ ਸਾਡੇ ਕੋਲ ਕੋਈ ਉੱਥੇ ਦਵਾਈ ਦੇਣ ਵਾਲਾ ਹੁੰਦਾ ਸੀ ਤੇ ਉਹਨੂੰ ਜਾਓ ਤੈਨੂੰ ਕੁਝ ਦੇਊਗਾ ਤੇ ਤੈਨੂੰ ਥੋੜ੍ਹਾ ਆਰਾਮ ਆ ਜੂ ਤਫੇ ਤੂੰ ਆਪਣੇ ਨੇਚਾ ਵਧਾ ਕੇ ਇਦਾਂ ਕਰੇ ਮੈਂ ਆਪਣੇ ਹੱਥ ਪੁੰਚ ਕੇ ਮੈਂ ਉਸ ਆਦਮੀ ਨੂੰ ਟੋਲਨ ਚਲੇ ਆਇਆ ਜਦ ਮੈਂ ਟੋਲਣ ਲੱਗਾ ਮੇਰੇ ਦਿਲ ਦੇ ਵਿੱਚੋਂ ਇੱਕ ਆਵਾਜ਼ ਆਈ ਕਿ ਨੀ ਪੋਤ ਤੈਰੀ ਨੇਚਾ ਬਹੁਤ ਹੈ ਮੈਂ ਫੇ ਕੰਮ ਕਰਨ ਲੱਪੇ ਤੇ ਉਹੋ ਹੀ ਗੱਲ ਫੇ ਹੋਣ ਲੱਪੇ ਤੇ ਹੁਣੇ ਮਰ ਜਾਣਾ ਸਾਬੋਂ ਹਟ ਜਾਣਾ ਫਲਾਂ ਚ ਤੇ ਪਰ ਮੈਂ ਕੰਮ ਕਰੀ ਜਨਾ ਮੈਂ ਹੀ ਕਹੀ ਜਨਾ ਯਿਸੂ ਮਸੀਹ ਦੇ ਮਾਰ ਖਾਣਾ ਮੈਂ ਰੋਕੀ ਤਾ ਗਿਆ ਯਿਸੂ ਮਸੀਹ ਦੇ ਮਾਰ ਖਾਣਾ ਮੈਂ ਰੋਕੀ ਤਾ ਗਿਆ ਫੇਕੀ ਹੋਇਆ 12 ਬੱਜਣ ਦੇ ਵਿੱਚ 10 ਮਿੰਟ ਰਹਿੰਦੇ ਸੀ ਮੈਨੂੰ ਇਹ ਚੇਤਾ ਮੈਨੂੰ ਇੱਕ ਆਇਤ ਚੇਤੇ ਆਈ ਪ੍ਰਕਾਸ਼ ਦੀ ਪੋਥੀ ਉਹਦਾ ਬਾਅਦ ਵਿੱਚ ਚੈਪਟਰ ਉਹਦੀ 11ਵੀਂ ਆਇਤ ਉਹਦੇ ਵਿੱਚ ਇਦਾਂ ਲਿਖਿਆ ਐਂਡ ਦੇ ਓਵਰਕੇਮ ਹੀ ਬਾਈ ਦਾ ਬਲਡ ਆਫ ਦਾ ਲੈਂਬ ਐਂਡ ਬਾਈ ਦਾ ਵਰਡ ਆਫ ਦਾ ਟੈਸਟਮਨੀ ਐਂਡ ਲਵ ਨਾਟ देयर ਲਾਈਵਸ ਈਵਨ ਔਰ ਟੂਡੇ ਉਹ ਨਹੀਂ ਤਾਂ ਉਹ ਤੇ ਫਤਿਹ ਭਾਈ ਆਪਣੀ ਗਵਾਹੀ ਦੇ ਨਾਮ ਮੇਮਣੇ ਦੇ ਖੂਨ ਦੇ ਨਾਮ ਮੌਤ ਕਰ ਵੀ ਡਰੇ ਨਹੀਂ ਮੈਂ ਕਿਹਾ ਇੱਕ ਦਿਨ ਬਾਈਬਲ ਚ ਲਿਖਿਆ ਮੈਂ ਫੇਰ ਆਪਣੇ ਹੱਥ ਪੁੰਚ ਕੇ ਦੇਖਣ ਗਿਆ ਕਰਕੇ ਮੈਂ ਉਥੇ ਬਾਈਬਲ ਲਾ ਕੇ ਰੱਖਦਾ ਹੁੰਦਾ ਸੀ ਜਦੋਂ ਮੈਂ ਜਾ ਕੇ ਬਾਈਬਲ ਵਿੱਚ ਦੇਖਿਆ ਸੱਚੀ ਬੜਾ ਮੈਂ ਲਿਖਿਆ ਸੀ ਜਦੋਂ ਮੈਂ ਪੜਿਆ ਤਾਂ ਮੈਨੂੰ ਥੋੜ੍ਹਾ ਖੁਸ਼ੀ ਦੀ ਹੋਣ ਲੱਗੀ ਮੈਂ ਫੇਰ ਪੜਿਆ ਫੇਰ ਪੜਿਆ ਮੈਂ ਘਟੋ ਘਟ ਛੇ ਸੱਤ ਵਾਰੀ ਇਦਾਂ ਪੜਿਆ ਜਦੋਂ ਮੈਂ ਛੇ ਸੱਤ ਵਾਰੀ ਇਦਾਂ ਪੜਿਆ ਕੀ ਹੋਇਆ ਮੈਂ ਐਨ ਠੀਕ ਹੋ ਗਿਆ ਅੱਗੇ ਮੇਰੇ ਫਿਫਰੇ ਹੁਣ 2-3 ਸਾਲ ਹੋ ਗਏ ਸੀ ਮੇਰੇ ਕਦੇ ਫਿਫਰੇ ਹਵਾ ਦੇ ਨਾਲ ਭਰੇ ਨਹੀਂ ਸੀ ਉਤੋਂ ਤੋਂ ਹੀ ਮੈਂ ਸਾਹ ਲੈਂਦਾ ਸੀ ਜਦੋਂ ਮੈਂ ਠੀਕ ਵੀ ਹੁੰਦਾ ਹੁੰਦਾ ਸੀ ਮੈਂ ਇਦਾਂ ਹੀ ਕਰ ਦਿੰਦਾ ਹੁਣ ਮੈਂ ਠੀਕ ਆ ਪਰ ਮੈਨੂੰ ਜਿਕੇ ਨਹੀਂ ਆਉਂਦਾ ਮੈਂ ਠੀਕ ਆ नवंबर का महीना सी इंग्लैंड ठंड सी थोड़ी जी मैं फैक्ट्री तो बहर जाके रात बजी हुई थी दो बारह बजन वाले से मैं बहार जाके सारे लिंदा फिर मैं कल फिर मैं ऐक हाँ मैं देखिया मैं कि होया मैं प्रभु के बचन के नह पाले ला प्रभु का बचन आ ਜਿਹੜੀ ਇਹ ਬਾਈਬਲ ਆ ਇਹਦੇ ਵਿੱਚ ਸ਼ਕਤੀ ਆ ਬਹੁਤ ਜਾਦੀ ਸ਼ਕਤੀ ਆ ਤੁਸੀਂ ਜਦੋਂ ਮਾਜੀ ਸ਼ਿਫਾ ਪਾ ਸਕਦੇ ਆ ਇਸ ਬਚਨ ਦੇ ਨਾਲ ਤੇ ਮੈਂ ਇਦਾਂ ਸ਼ਿਫਾ ਪਾਈ ਸੀ ਫੇਰ ਮੈਂ ਸੋਚਿਆ ਮੈਂ ਕਿ ਬਾਈਬਲ ਵਿੱਚ ਲਿਖਿਆ ਆ ਬਚਨ ਕਿਸੇ ਦਾ ਵੀ ਪੱਖ ਨਹੀਂ ਕਰਦਾ ਹੈਗਾ ਗੋਡ ਡਸਨਟ ਰਿਸਪੈਕਟ 애니ਬਡੀ ਸਾਰਿਆਂ ਵਾਸਤੇ ਸੇਮ ਹੀ ਕੰਮ ਕਰਦਾ ਹੈ ਸੋ ਮੈਂ ਕਿਹਾ ਸਾਰਿਆਂ ਵਾਸਤੇ ਸੇਮ ਕਰਦਾ ਹਾਂ ਮੇਰੇ ਸਾਹਦੇ ਕੋਈ ਵੀ ਸੇਮ ਪ੍ਰੋਬਲਮ ਸੀ ਕਿ ਉਹ ਉਸ ਵੇਲੇ 8 ਸਾਲਾਂ ਦਾ ਹੋ ਗਿਆ ਸੀ ਉਹਦੇ ਕੋਈ ਵੀ ਸੇਮ ਪ੍ਰੋਬਲਮ ਸੀਗੀ ਸੋ ਜਦੋਂ ਮੈਂ ਘਰ ਆਇਆ ਮੈਂ ਦੂਸਰੇ ਦਿਨ ਆਪਣੇ ਸਾਹਦੇ ਨਾਲ ਗੱਲ ਕੀਤੀ ਮੈਂ ਕਿਹਾ ਸਟੀਵ ਅਬ ਜਿਹੜੀਆਂ ਅੱਜ ਤਾਂ ਜਿਹੜੀਆਂ ਚਾਰ ਮੈਂ ਲਿਖੀਆਂ ਸੀ ਮੈਂ ਉਹਨੂੰ ਫੜਾਤੀਆਂ ਮੈਂ ਕਿਹਾ ਆਹਾ ਤੂੰ ਤੈਨਵਾਰੀ ਦਿਹਾੜੀ ਦੇ ਵਿੱਚ ਪੜ੍ਹਣੀ ਆ ਇੱਕ ਵਾਰੀ ਮੈਂ ਕਿਹਾ ਦਸਵੇਂ ਨੂੰ ਸਕੂਲ ਨੂੰ ਜਾਣ ਤੋਂ ਪਹਿਲਾਂ ਪੜ੍ਹਨੀ ਆ ਜਦੋਂ ਡੀਨੇ ਟਾਈਮ ਨੂੰ ਆਇਆ ਉਦੋਂ ਪੜ੍ਹਨੀ ਆ ਇੱਕ ਵਾਰੀ ਟਿਕਾਣਾ ਨੂੰ ਪੜ੍ਹਨੀ ਆ ਕਹਿੰਦਾ ਹਾਂਜੀ ਤੇ ਉਹ ਪੜਨ ਲੱਪਿਆ ਮੈਨੂੰ 6 ਮਹੀਨੇ ਲੱਗੇ ਸੀ ਉਹ ਇੱਕ ਮਹੀਨੇ ਤੋਂ ਅੰਦਰ ਅੰਦਰ ਠੀਕ ਹੋ ਗਿਆ ਅਸੀਂ ਉਹਦੀ ਦਵਾ ਪੀਣ ਵਾਲੀ ਹੁੰਦੀ ਸੀ ਉਹ ਕੋ ਅਸੀਂ ਫ੍ਰਿਜ ਵਿੱਚ ਰੱਖੀ ਹੁੰਦੀ ਜਦੋਂ ਉਹਨੂੰ ਅਟੈਕ ਹੁੰਦਾ ਸੀ ਉਹ ਨੱਠ ਨੱਠਾ ਫ੍ਰਿਜ ਵਿੱਚ ਜਾਂਦਾ ਹੁੰਦਾ ਸੀ ਚਮਚਾ ਭਰ ਕੇ ਪੀ ਲੈਂਦਾ ਹੁੰਦਾ ਹੈ ਪਰ ਕੀ ਹੋਵੇ ਮਹੀਨੇ ਤੋਂ ਬਾਅਦ ਉਹਨੂੰ ਉਸ ਦਵਾ ਦਾ ਲੋੜ ਨਹੀਂ ਪਿਆ ਯੇਸੂ ਮਸੀਹ ਦੇ ਮਾਰ ਖਾਣ ਨਾ ਉਹ ਨਰਵਾ ਕੀਤਾ ਗਿਆ ਜਦੋਂ ਉਹ ਇਦਾਂ ਕਰਦਾ ਹੁੰਦਾ ਸੀ ਇੱਕ ਦਿਨ ਮੈਨੂੰ ਕਹਿਣ ਲੱਗਾ ਕਹਿੰਦਾ ਡਾਕ ਤੇ ਬਿਮਾਰ ਹੋਣਾ ਹੀ ਠੀਕ ਹੋ ਗਿਆ ਮੈਕ ਅ ਪ੍ਰੇਜ਼ ਦਾ ਲਾਰਡ ਫਲੂਦੀ ਬਦੇਖੋ ਵੀ ਫਿਰ ਮੈਂ ਸੋਚਿਆ ਜੇ ਮੇਰੇ ਵਾਸਤੇ ਕੰਮ ਕਰਦੀ ਆ ਤੇ ਸਟੀਵਨ ਵਾਸਤੇ ਕੰਮ ਕਰ ਗਈ ਮੇਰੇ ਬੱਚੇ ਵਾਸਤੇ ਕੰਮ ਕਰ ਗਈ ਆ ਫਿਰ ਹੋਣਾ ਵਾਸਤੇ ਵੀ ਕੰਮ ਕਰੂਗੀ ਫੇਕ ਬੈਲ ਸੀਗੀ ਉਹਦੇ ਤਿੰਨ ਨਿਆਣੇ ਸੀ ਤੇ ਉਹ ਜਦੋਂ ਵੀ ਅਸੀਂ ਉਹਨੂੰ ਮੈਂਡ ਨਹੀਂ ਜਾਂਦੇ ਹੁੰਦੇ ਸੀ ਉਹ ਵਿਚਾਰੀ ਅ ਸੂਫੇ ਸੱਟੇ ਪਈ ਹੁੰਦੀ ਸੀ ਤਾਂ ਬਿਮਾਰ ਹੁੰਦੀ ਸੀ ਹੱਲੇ ਉਹ ਮੇਰੀ ਖਲਤੀਆਂ ਘਟਤੀਆਂ ਸਾਲਾਂ ਤੋਂ ਘੱਟੀ ਸੀ ਇੱਕ ਦਿਨ ਮੈਂ ਤਾਂ ਮੇਰੀ ਵਾਈਫ ਨੂੰ ਮੈਂਡing ਗਏ ਤੇ ਮੈਂ ਉਹਨਾਂ ਗੱਲਾਂ ਕਰਦਾ ਹਾਂ ਮੈਂ ਕਿਹਾ ਭੈਣ ਆਹ ਮੇਕੋ ਆਇਤਾ ਹਾਂ ਜੇ ਤੂੰ ਇਹ ਪੜਨ ਪੜਨ ਲੱਪੀ ਤੂੰ ਠੀਕ ਹੋ ਜਾਣਾ ਕੰਦੀ ਭਾਜੀ ਮੇਕੋ ਨਹੀਂ ਪੜ੍ਹ ਹੋਣੀਆਂ ਮੈਂ ਤਾਂ ਬਹੁਤ ਜਿਆਦਾ ਤੰਗ ਆ। ਮੈਂ ਕਿਹਾ ਚਲੋ ਮੈਂ ਇੱਥੇ ਕਾਗਜੇ ਰੱਖ ਜੈਨਾ ਜੇ ਤੁਸੀਂ ਪੜੋ ਪੜ੍ਹ ਸਕਦੇ ਹੋ ਤਾਂ ਪੜ੍ਹ ਲਿਓ। ਤੇ ਉਹ ਮੈਂ ਰੱਖਿਆਂ ਦੀ। ਕਿ ਕੀ ਹੋ ਸੱਚੀ ਪੜਨਾ ਪਈ। ਕੀ ਹੋਇਆ 2-3 ਮਹੀਨਿਆਂ ਦੇ ਵਿੱਚ ਉਹ ਐ ਠੀਕ ਹੋ ਗਏ। ਕੀ ਹੈ? ਪ੍ਰਭੂ ਦੇ ਬਚਨ ਦੇ ਵਿੱਚ ਸ਼ਕਤੀ ਆ। ਜਦੋਂ ਅਸੀਂ ਉਸ ਬਚਨ ਨੂੰ ਵਰਤਣ ਲਗਦੇ ਆ ਤੇ ਸਾਡੇ ਵਿੱਚ ਸ਼ਿਫਾ ਹੋਣਾ ਪੈਂਦਾ। ਉਨਾ ਦਿਨਾਂ ਦੇ ਵਿੱਚ ਇੱਕ ਵਾਰੀ ਰਾਤ ਨੂੰ ਮੇਰੇ ਖਿਆਲ ਚ 10 11 ਵਜੇ ਸੀਗੇ ਕਿਸੇ ਨੇ ਆ ਕੇ ਸਾਡੇ ਬੁਆ ਖੜਕਾਇਆ ਜਦੋਂ ਮੈਂ ਖੋਲਿਆ ਤਾਂ ਨੌਜਵਾਨ ਸੀ ਕਿਹਾ ਅੰਕਲ ਜੀ ਤੁਸੀਂ ਸਾਡੇ ਘਰ ਨੂੰ ਆ ਸਕਦੇ ਮੇਰੀ ਮੰਮੀ ਬਹੁਤ ਬਿਮਾਰ ਆ ਤੇ ਅਸੀਂ ਸਟੀਵਨ ਤੇ ਸਹਾਰਾ ਨਿਕਨੇਗੇ ਸੀ ਉਦੋਂ ਉਹਨਾਂ ਨੂੰ ਹੱਲੇ ਬੈੱਡ 'ਚ ਪਾਇਆ ਸੀਗਾ ਤੇ ਅਸੀਂ ਦੋਏ ਜਣੇ ਹੱਲੇ ਪ੍ਰੇਪਰੂ ਕਰਦੇ ਸੀਗੇ ਤੇ ਮੈਂ ਉਹਨੂੰ ਕਿਹਾ ਵੀ ਉਹ ਲੱਗੇ ਹੀ ਰਹਿੰਦਾ ਸੀ ਮੈਂ ਕਿਹਾ ਤੂੰ ਚੱਲ ਘਰ ਨੂੰ ਤੇ ਅਸੀਂ ਆਉਨੇ ਆ ਜਦੋਂ ਅਸੀਂ ਪ੍ਰੇ ਕਰਦੇ ਆ ਤੇ ਪ੍ਰੋਗੂ ਕਹਿੰਦਾ ਚੇਤਾ ਰੱਖਿਓ ਜਦੋਂ ਤੁਸੀਂ 2 ਹਫ਼ਤੇ ਹੋ ਗਏ ਉਸ ਭੈਣ ਵਾਸਤੇ ਪ੍ਰੇ ਕੀਤੀ ਇਸ ਮੋੜੇ ਉਹਨੂੰ ਟਿਕਾ ਆਤਾ ਸੀ ਫੇਰ ਮੈਂ ਸੋਚਦਾ ਵੀ ਹੁਣ ਅਸੀਂ ਉੱਥੇ ਜਾ ਕੇ ਕੀ ਕਰਾਂਗੇ ਤੇ ਅਸੀਂ ਦੋਏ ਜਣੇ ਗਏ ਜਦੋਂ ਅਸੀਂ ਜਾਂਦੇ ਆ ਤੇ ਅਸੀਂ ਜਾਣੇ ਉਹ ਭੈਣ ਉੱਥੇ ਪਈ ਹੁੰਦੀ ਆ ਤੇ ਉਹਨੂੰ ਹੋਸ਼ ਨਹੀਂ ਹੁੰਦੀ ਕਈ ਵਾਰੀ ਥੋੜੀ ਹੋਸ਼ ਆ ਜਾਂਦੀ ਆ ਤੇ ਮੁੜ ਕੇ ਫੇਰ ਬੋਹੋਸ਼ ਹੋ ਜਾਂਦੀ ਆ ਤੇ ਮੈਂ ਜਾ ਕੇ ਉਹਦੇ ਹਸਬੰਦ ਨਾਲ ਗੱਲਾਂ ਕਰਦਾ ਹਾਂ ਮੈਂ ਕਿਹਾ ਭਾਜੀ ਵੀ ਕਿਦਾਂ ਤੁਸੀਂ ਡਾਕਟਰ ਨੂੰ ਸੱਦਿਆ ਉਹ ਕਹਿੰਦਾ ਹਾਂਜੀ ਡਾਕਟਰ ਨੂੰ ਟੈਲਫੋਨ ਕੀਤਾ ਹੈ ਤੇ ਉਹ ਕਹਿੰਦੇ ਵੀ ਅਸੀਂ ਆਉਨੇ ਆ ਤਾਂ ਮੈਂ ਸੋਚਿਆ ਮੈਂ ਕਿ ਹੁਣ ਮੈਨੂੰ ਕੁਝ ਨਹੀਂ ਕਰਨਾ ਪੈਣਾ ਹੈਗਾ ਡਾਕਟਰ ਨੇ ਆਉਣਾ ਦਵਾ ਦੇ ਜੂਗਾ ਠੀਕ ਹੋ ਜੂ ਓਕੇ ਤੇ ਰਾਤ ਦੇ 1:00 ਵੱਜ ਗਿਆ ਡਾਕਟਰ ਆਇਆ ਉਹਨੇ ਉਹਨੂੰ ਚੈੱਕ ਕੀਤਾ ਚੈੱਕ ਕਰਕੇ ਤਾਂ ਉਹ ਪarchi ਕੱਟ ਕੇ ਉੱਥੇ ਰੱਖ ਗਿਆ ਉਪਾ ਹੁਣ ਮੇਰੇ ਨੂੰ ਦੇਖਦਾ ਇਸ ਵੇਲੇ ਐ ਕੋਲੇਰਾਤ ਨੂੰ ਕਿੱਥੋਂ ਜਾ ਕੇ ਦਵਾ ਲੈ ਕੇ ਆਈਏ ਤਾਂ ਮੈਂ ਉਹ ਫੇਮਰ ਦੇ ਮੈਂ ਸੋਚਦਾ ਪ੍ਰਭੂ ਮੈਂ ਕੀ ਕਰਾਂ ਤੇ ਮੇਰੇ ਅੰਦਰ ਉਹ ਇਦਾਂ ਹੀ ਫੀਲਿੰਗ ਆਈ ਬੇਤ ਤੁਸੀਂ ਇਹਨੂੰ ਇਹ ਬਚਨ ਪੜ੍ਹ ਕੇ ਸੁਣਾਓ ਜਿੱਥੇ ਲਿਖਿਆ ਯਿਸੂ ਮਸੀਹ ਦੇ ਮਾਰ ਖਾਣ ਦਾ ਸੀ ਨੋਏ ਗੀਤੇ ਗਏ ਸੋ ਮੈਂ ਸ੍ਰਿੰਦਰ ਨੂੰ ਕਿਹਾ ਮੈਂ ਕਿਹਾ ਫਰਸਟ ਪੀਟਰ 224 ਦੇ ਵਿੱਚੋਂ ਪੜ ਇਹਨੇ ਪੜੀ ਪਕਰ ਕੇ ਸਿੰਦੂ ਪੰਜਾਬੀ ਚ ਪੜਦੀ ਸੀ ਮੈਂ ਇੰਗਲਿਸ਼ ਪੜਦਾ ਸੀ ਉਹ ਭੈਣ ਪੰਜਾਬੀ ਜਾਣਦੀ ਸੀ ਜ਼ਿਆਦਾ ਤੇ ਮੈਂ ਕਿਹਾ ਫੇਪੜ ਪੇਪਰ ਮੈਂ ਕਿਹਾ ਫੇਪੜ ਫੇ ਪੜਿਆ ਮੈਂ ਕਿਹਾ ਫੇਪੜ ਮੈਂ ਕਿਹਾ ਘਟੋ ਘਟ ਪਿਆ 60 ਵਾਰੀ ਪੜਿਆ ਕੀ ਹੋਇਆ ਭੈਣ ਉੱਠ ਕੇ ਬਹਿ ਗਈ ਠੀਕ ਹੋ ਗਈ ਫਿਰ ਮੈਂ ਕਿਹਾ ਵੀ ਹੋਰ ਅਸੀਂ ਚੱਲਦੇ ਆ ਤੇ ਭਾਗ ਕਹਿੰਦਾ ਨਹੀਂ ਥੋੜ੍ਹਾ ਜਿਹਾ ਹੋਰ ਬਹਿ ਲ ਅਸੀਂ ਥੋੜ੍ਹਾ ਜਿਹਾ ਹੋਰ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਅਸੀਂ ਆ ਗਏ ਤੇ ਮੈਂ ਕੀ ਦੇਖਿਆ ਉਹੋ ਭੈਣ ਵੀ ਉਸ ਬਿਮਾਰੀ ਤੋਂ ਠੀਕ ਹੋ ਗਈ ਜਿਹੜਾ ਇਹ ਬਚਨ ਆ ਪ੍ਰਭੂ ਦਾ ਇਹਦੇ ਵਿੱਚ ਬਹੁਤ ਸ਼ਕਤੀ ਆ ਜੋ ਆਪਾਂ ਦੇਖਿਆ ਸੀ ਇਹ ਸਾਨੂੰ ਸਲਵੇਸ਼ਨ ਮੁਕਤੀ ਵੀ ਦਿੰਦਾ ਆ ਤੇ ਸਾਨੂੰ ਹੀਲਿੰਗ ਵੀ ਦਿੰਦਾ ਸੋ ਇਹ ਦੋ ਟੈਸਟਮਨੀ ਆ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਆ ਹੋ ਸਕਦਾ ਇਹਦੇ ਨਾਲ ਤੁਹਾਡੀ ਮਦਦ ਹੋਈ ਹੋਵੇ ਸੁਪ੍ਰਾਈਜ਼ ਅ ਲਾਰਡ ਬਈ ਤੁਸੀਂ ਵੀ ਇਸ ਪ੍ਰਭੂ ਦੇ ਬਚਨ ਨੂੰ ਮੰਨ ਸਕਦੇ ਆ ਅੱਜ ਆਪਣੀ ਛੁੱਟੀ ਆ ਹੈ ਕਰਕੇ ਆਪਣੇ ਇਥੇ ਕੰਮ ਬਹੁਤ ਹੋ ਰਿਹਾ ਹੈ ਤਾਂ ਉਹਦੇ ਕਾਰਨ ਆਪਾਂ ਜਿਹੜੀ ਆਪਣੀ ਸਟੱਡੀ ਆਪਾਂ ਮੁੜ ਕੇ ਫੇ ਉਹਦੇ ਬਾਰੇ ਸਟਰੀ ਕਰ ਰਹੇ ਆਂ ਵੀ ਆਹ ਅਖੀਲ ਦੇ ਟਾਈਮਾਂ ਬਚੇ ਰਹੇ ਆਂ ਉਹਨੇ ਵਾਲੇ ਹਫਤੇ ਵਿੱਚ ਉਹ ਮੁੜ ਕੇ ਫੇ ਉੱਤੇ ਜਾਵਾਂਗੇ ਪਰ ਆਹ ਮੈਂ ਅਜਿਤ ਮੈਂ ਕਿਸੀ ਅੱਜ ਇਹ ਛੁੱਟੀ ਇਹ ਟੈਸਟਮੈਂਟੀ ਦੇਖ ਕੇ ਆਪਾਂ ਇਹਨਾਂ ਮੀਟਿੰਗ ਬੰਦ ਕਰ ਦੇਣੀ ਆ ਓਕੇ ਜੀ ਹੁਣ ਮੈਂ ਪ੍ਰੇ ਕਰਦਾ ਜੇ ਤੁਸੀਂ ਜੀਸਸ ਨੂੰ ਪਾਉਣਾ ਚਾਹੁੰਦੇ ਤੁਸੀਂ ਅੱਜ ਪਾ ਸਕਦੇ ਜੇ ਤੁਸੀਂ ਬਿਮਾਰ ਹੋ ਮੈਂ ਪ੍ਰੇ ਕਰੂੰਗਾ ਤੇ ਤੁਸੀਂ ਸ਼ਿਫਾ ਪਾ ਲਵੋਗੇ ਆਜੋ ਆਪਾਂ ਪ੍ਰੇ ਕਰੀਏ ਸਵਰਗੀਤਾ ਸੀ ਤੁਹਾਡਾ ਧੰਨਵਾਦ ਤੁਹਾਡੀ ਵਿੜਾਈ ਕਰਦੇ ਜਿੰਨੇ ਵੀ ਮੇਰੇ ਭੈਣ ਭਰਾਵਾਂ ਨੇ ਅੱਜ ਸੁਣਿਆ ਜਿੱਦਾਂ ਮੈਂ 1974 ਦੇ ਵਿੱਚ ਮੁਕਤੀ ਪਾਈ ਸੀਗੀ ਆ ਜੀਵਨੀ ਅੱਜ ਸੁਣਿਆ ਜੀਸੂ ਮਸੀਹ ਉਹਨਾਂ ਦੇ ਪਾਪਾਂ ਵਾਸਤੇ ਮਰ ਗਿਆ ਸੀ ਉਹ ਵੀ ਕਬੂਲ ਕਰਨਾ ਚਾਹੁੰਦੇ ਆ ਸਵਰਗੀਤਾ ਉਹਨਾਂ ਦੇ ਪਾਪ ਮਾਫ ਕਰ ਦਿਓ ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾ ਦਿਓ ਸਰਗੁਈਤਾ ਜਿੰਨੇ ਵੀ ਮੇਰੇ ਭੈਣ ਭਰਾ ਅੱਜ ਬਿਮਾਰ ਆ ਜਦੋਂ ਉਹ ਵੀ ਬਾਈਬਲ ਪੜ੍ਹ ਲਗਦੇ ਆ ਤੁਹਾਡੇ ਉਹ ਵੀ ਯਿਸੂ ਮਸੀਹ ਦੇ ਨਾਮ ਖਾਣ ਨਾਲ ਨੋਏ ਕਹਿਣ ਲਗਦੇ ਆ ਆਪਣੇ ਮੂੰਹ ਦੇ ਵਿੱਚੋਂ ਸਰਗੁਈਤਾ ਜਦੋਂ ਵੀ ਇਸ ਬਚਨ ਨੂੰ ਫੜੀ ਰੱਖਦੇ ਹੋ ਛੜਦੇ ਨਹੀਂ ਹੈਗੇ ਸਰਗੁਈਤਾ ਉਹਨਾਂ ਦੇ ਸਰੀਰ ਵਿੱਚ ਵੀ ਸ਼ਿਫਾ ਹੋਣਾ ਪਏ ਉਹ ਵੀ ਸ਼ਰਕਾਰਾ ਪਾਲਣ ਤੇ ਉਹ ਵੀ ਤੁਹਾਡੇ ਕੋ ਆ ਜਾਣਾ ਸਰਗੁਈਤਾ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਆ ਆਮੇਨ ਆਮੇਨ ਅੱਜ ਦੀ ਕੀ ਅੱਜ ਆਪਣੀ ਮੀਟਿੰਗ ਸੀਗੀ ਸੋ ਸਾਰਿਆਂ ਨੂੰ ਮੈਂ ਜੀਐਮਸੀ ਦੀ ਕਹਿੰਦਾ ਸੰਡੇ ਨੂੰ ਆਪਾਂ ਫੇਰ ਜੁੜਾਂਗੇ ਤੇ ਅਗਲੇ ਹਫ਼ਤੇ ਨੂੰ ਆਪਾਂ ਫੇਰ ਦੇਖਾਂਗੇ ਜੋ ਆਪਾਂ ਅੱਗੇ ਦੇਖਦੇ ਸੀਗੇ ਅਖੀਲੇ ਦਿਨਾਂ ਦੇ ਬਾਰੇ ਵੀ ਕਿੱਦਾਂ ਅਸੀਂ ਅਖੀਲੇ ਦਿਨਾਂ ਦੇ ਵਿੱਚ ਰਹ ਰਹੇ ਹਾਂ ਸੋ ਸਾਰਿਆਂ ਨੂੰ ਜੀਐਮਸੀ ਦੀ ਤੇ ਜਰੂਰ ਆਪਾਂ ਛੇਤੀ ਮਿਲਾਂਗੇ